ਭਾਈ ਜੋ ਮੇਰੇ ਵੀ ਵੋਟ ਕੇ ਲੀਏ ਹਮਾਰੇ ਘਰ ਪੇ ਆਏ ਹੈ, ਮੈਂ ਉਨ ਸਭ ਕਾ ਤਹਿ ਦਿਲ ਸੇ ਧੰਨਵਾਦ ਕਰਤਾ ਹੂੰ। ਔਰ ਸਭ ਮੇਰੇ ਛੋਟੇ ਹੈ, ਸਭ ਕੋ ਮੈਂ ਯੇ ਆਸ਼ੀਰਵਾਦ ਦੇਤਾ ਹੂੰ ਕਿ ਹਰ ਕਾਮ ਮੈਂ ਆਪ ਅਲੱਗ ਅਲੱਗ ਉਨਤੀ ਕਰੇ, ਤਾਂ ਕਿ ਮੇਰੀ ਦੁਆ ਹੈ ਜੋ ਆਪ ਕੇ ਲੀਏ ਸਵੀਕਾਰ ਹੋ। ਜਿਤਨਾ ਮਹਿਸੂਸ ਹੋ ਰਿਹਾ ਹੈ ਕਿ ਇਹ ਸਕੀਮ ਜੋ ਮੈਡਮ ਨੇ ਨਿਕਾਲੀ ਹੈ ਉਹ ਕਾਬਲੇ ਤਾਰੀਫ ਹੈ। ਹਰ ਬਜ਼ੁਰਗ ਆਦਮੀ ਘਰ ਬੈਠੇ ਫਾਇਦਾ ਉਠਾ ਰਿਹਾ ਹੈ, ਨਹੀਂ ਤੋ ਬਹੁਤ ਮੁਸ਼ਕਿਲ ਹੋਤਾ ਥਾ। ਇਹ ਮੈਡਮ ਕੀ ਬਹੁਤ ਸੋਚ ਵਿਚਾਰ ਔਰ ਉਸਕਾ ਖਿਆਲ ਇਤਨਾ ਅੱਛਾ ਹੁਆ ਕਿ ਬਜ਼ੁਰਗ ਆਦਮੀ ਕੋਈ ਦੁਖੀ ਨਾ ਹੋ, ਉਸਕੇ ਬੈਠੇ ਘਰ ਪੇ ਵੋਟ ਬਣ ਜਾਏ। ਵੋ ਵੈਸੇ ਕਾਮ ਚਲਤਾ ਥਾ, ਪੋਲਿੰਗ ਸਟੇਸ਼ਨ ਬਣ ਜਾਤੇ ਥੇ, ਇਕੱਠੇ ਹੋਤੇ ਥੇ ਉਮੀਦਵਾਰ ਜਿਹਨੂੰ ਖੜੇ ਹੋਤੇ ਹੈ, ਵੋ ਐਸੇ ਨਹੀਂ ਗਈ। ਇਹ ਪਹਿਲਾ ਚਾਂਸ ਹੈ ਜੋ ਆਜ ਹੋ ਰਿਹਾ ਹੈ। ਇਹ ਡੀਸੀ ਸਾਹਿਬ ਕੀ ਸਪੈਸ਼ਲ ਸੋਚ ਔਰ ਵਿਚਾਰ ਹੈ ਕਿ ਬਜ਼ੁਰਗ ਆਦਮੀ ਵੋਟ ਮਿਸ ਨਾ ਕਰਵਾਏ। ਕਾਂਗਰਸ ਲਈ ਪਾਇਆ ਹੈ ਕਿ ਆਪ ਹਮਾਰੇ ਘਰ ਇਤਨੇ ਦੋਸਤ ਪਿਆਰ ਕਰਨੇ ਕੇ ਲੀਏ ਆਏ ਹੈ, ਤੋ ਬਗੜਾ ਮਜਬੂਰ ਹੋ ਜਾਤਾ ਹੈ। ਆਪਕੀ ਆਮਦ ਨੇ ਆਪਕੇ ਆਨੇ ਸੇ ਘਰ ਮੇ ਸ਼ੋਭਾ ਬੜ ਗਈ, ਤੋ ਮਾਰੇ ਹਮਨੇ ਬਗੜਾ ਪਾਉਣਾ ਹੀ ਹੋਤਾ ਹੈ। ਵੋਟ ਬਣਾਉਣ ਕੇ ਲੀਏ ਆਪਣੇ ਇਤਨਾ ਕਸ਼ਟ ਤੋ ਨਹੀਂ ਕਹਿ ਸਕਤਾ, ਜ਼ਿੰਮੇਵਾਰੀ ਦੇ ਰਹੇ ਹੈ ਬਹੁਤ ਬੜੀਆ ਕਿ ਕਿਆ ਆਪ ਕਿਸੀ ਕੋ ਤੰਗ ਨਹੀਂ ਕਰ ਰਹੇ। ਜਿਹੜਾ ਚੋਣ ਕਮਿਸ਼ਨ ਦਾ ਜੋ ਵੀ ਸੀਗਾ 85 ਸਾਲ ਤੋਂ ਉੱਪਰ ਦੇ ਜਿਹੜੇ ਵੋਟਰ ਹੈਗੇ ਉਹਨਾਂ ਨੂੰ ਘਰ ਘਰ ਜਾ ਕੇ ਜਿਹੜਾ ਵੋਟ ਪਾਉਣ ਦਾ ਅਧਿਕਾਰ ਸੀਗਾ ਉਹ ਦਿੱਤਾ ਸੀਗਾ, ਉਹਦੇ ਤਹਿਤ ਅਸੀਂ ਅੱਜ ਜਿਹੜੀ ਵੋਟਿੰਗ ਕਰਵਾ ਰਹੇ ਹਾਂ ਘਰ ਘਰ ਜਾ ਕੇ, ਅਤੇ ਉਹ ਤਿਲਕ ਰਾਜ ਜੀ ਤੋਂ ਜਿਹੜੀ ਵੋਟਿੰਗ ਹੁਣ ਅਸੀਂ ਕਰਵਾਈ ਹੈ, ਸਭ ਮਤਲਬ ਇਹਦੇ ਨਾਲ ਹਰ ਬੰਦਾ ਖੁਸ਼ ਹੈਗਾ ਕਿ ਉਹਨਾਂ ਨੂੰ ਇੰਨੀ ਜਿਹੜੀ ਹੈ ਗਰਮੀ ਦੇ ਵਿੱਚ ਨਹੀਂ ਜਾਣਾ ਪੈ ਰਿਹਾ ਅਤੇ ਇੱਕ ਉਹਨਾਂ ਦੀ ਘਰ ਬੈਠ ਕੇ ਹੀ ਵੋਟਿੰਗ ਹੋਈ ਹੈ। ਕਿੰਨੀਆਂ ਵੋਟਾਂ ਜਿਹੜੀਆਂ ਹੁਣ ਤੱਕ ਪੋਲ ਹੋ ਚੁੱਕੀਆਂ ਨੇ ਜੀ? ਟੋਟਲ ਤਾਂ ਨਹੀਂ ਪਤਾ ਜੀ, ਜਿਹੜੀ ਸਾਨੂੰ ਮਤਲਬ ਜਿਹੜੀ ਟੀਮ ਹੈ ਸਾਡੀ ਉਹਦੇ 'ਚ ਜਿਹੜੀਆਂ 27 ਵੋਟਾਂ ਸੀਗੀਆਂ ਸਾਡੇ ਕੋਲ, ਅਤੇ ਹੁਣ ਤੱਕ ਅਸੀਂ ਜਿਹੜੀਆਂ ਮਤਲਬ 24 ਵੋਟਾਂ ਜਿਹੜੀਆਂ ਉਹ ਪਵਾ ਚੁੱਕੇ ਹਾਂਗੇ ਅਤੇ 3 ਵੋਟਾਂ ਬਾਕੀ ਨੇਗੀਆਂ ਸਾਡੇ ਕੋਲ। ਸਾਡੇ ਕੋਲ ਮਤਲਬ 27 ਟੋਟਲ ਵੋਟਾਂ ਸੀਗੀਆਂ, 85 ਸਾਲ ਜਾਂ ਉਸ ਤੋਂ ਉੱਪਰ ਵਾਲੇ ਉਮੀਦਵਾਰ ਨੇ। ਇਹ ਰੋਜ਼ਾਨਾ ਲਿਸਟ ਜਾਰੀ ਹੁੰਦੀ ਹੈ ਕਿ ਤੁਹਾਨੂੰ ਇੱਕ ਸਾਡੀ ਜਿਹੜੀ ਡਿਊਟੀ ਲੱਗੀ ਸੀ ਮਤਲਬ ਅਸੀਂ 25 ਤੇ 27 ਦੋ ਦਿਨ ਵਾਸਤੇ ਜਿਹੜੀ ਸਾਡੀ ਡਿਊਟੀ ਲਾਈ ਹੋਈ ਸੀ ਇਹਦੇ 'ਚ, ਉਹਦੇ ਤੋਂ ਅੱਜ ਸਾਡਾ ਇਹਦੇ ਹਿਸਾਬ ਨਾਲ ਸਾਡਾ ਲਾਸਟ ਦਿਨ ਹੈਗਾ, ਬਾਕੀ ਤਾਂ ਜਿਹੜੇ ਜਿਵੇਂ ਵੀ ਹੁਕਮ ਹੋਣਗੇ ਡੀਸੀ ਸਾਹਿਬ ਦੇ ਜਾਂ ਜੇ ਲਾਣਗੇ ਅੱਗੇ ਕਰਵਾਉਣੀ ਹੈ ਜਾਂ ਨਹੀਂ ਕਰਵਾਉਣੀ ਉਹ ਉਹਨਾਂ ਦੇ ਹੈ। ਅੱਜ ਜਿਹੜੀ ਹੈ ਸਾਨੂੰ 27 ਤਰੀਕ ਤੱਕ ਹੀ ਕਿਹਾ ਗਿਆ ਸੀਗਾ, ਉਸ ਤੋਂ ਬਾਅਦ ਅੱਗੇ ਉਹ SDMO ਜਾਂ DC ਜਦੋਂ ਕਾਊਂਟਿੰਗ ਵਾਲੇ ਮਤਲਬ ਜਿਹੜਾ ਪਹਿਲਾ ਰਾਊਂਡ ਹੁੰਦਾ ਕਾਊਂਟਿੰਗ 'ਚ ਉਹ ਪਹਿਲਾਂ ਜਿਹੜੀ ਬੈਲਟ ਪੇਪਰ ਵਾਲੀ ਵੋਟ ਕਾਊਂਟ ਹੁੰਦੀ ਹੈਗੀ, ਉਸ ਤੋਂ ਬਾਅਦ ਜਿਹੜੀ ਮਸ਼ੀਨਾਂ ਵਾਲੀ ਵੋਟ ਕਾਊਂਟ ਹੁੰਦੀ ਹੈ, ਉਸੇ ਦਿਨ ਹੀ ਖੋਲ੍ਹੇ ਜਾਣਗੇ ਸਾਰੇ ਜਿਹੜੇ। ਬਹੁਤ ਵਧੀਆ ਜੀ, ਮਤਲਬ ਵੋਟਰ 'ਚ ਖੁਸ਼ੀ ਹੈ ਇਸ ਚੀਜ਼ ਦੀ, ਲੋਕ ਜਿੰਨਾ ਜਿਹੜੇ ਮਤਲਬ ਵੋਟਰ ਨੇਗੇ ਆਪਦੇ ਘਰ ਨੂੰ ਇੰਨਾ ਵਧੀਆ ਜਿਹੜਾ ਇਹਨਾਂ ਨੇ ਸਵਾਗਤ ਕੀਤਾ, ਹਰ DC ਸਾਹਿਬ ਦਾ ਵੀ ਕੀਤਾ ਹੋਇਆ ਹੈਗਾ, ਮਤਲਬ ਬਹੁਤ ਵਧੀਆ, ਇੰਨੀ ਖੁਸ਼ੀ ਬਹੁਤ ਵਧੀਆ ਲੱਗਿਆ ਇੱਥੇ ਆ ਕੇ। ਉਹ ਅਲੱਗ ਅਲੱਗ ਹੈ ਜਿਵੇਂ ਜਿਵੇਂ ਦਾ ਵੋਟਰ ਹੈ, ਕਈ ਵਾਰੀ ਨਹੀਂ ਵੀ ਹੁੰਦਾ, ਪਰ ਇਹ ਜਿਹੜੀ ਵੋਟ ਹੈਗੀ ਉਹ ਕੌਨਫੀਡੈਂਸ਼ਲੀ ਹੁੰਦੀ ਹੈ, ਉਹਨਾਂ ਨੂੰ ਮਤਲਬ ਇਕੱਲਿਆਂ ਨੂੰ ਹੀ ਵੋਟ ਦੇ ਕੇ
ਉਹ ਜੋ ਵੀ ਜਿਹਨੂੰ ਚਾਹੁੰਦਾ ਹੈਗਾ ਉਹਨੂੰ ਪਾ ਕੇ ਉਸ ਕਵਰ ਦੇ ਵਿੱਚ ਉਹਨੂੰ ਬੰਦ ਕਰਕੇ ਫਿਰ ਹੀ ਲੈਂਦੇ ਹਾਂ। ਕੀ ਨਾਮ ਹੈ ਤੁਹਾਡਾ ਸਰ? ਕੇਵਲ ਸਿੰਘ। ਆਪਣਾ ਟੀਮ ਨੰਬਰ? ਕਲਰਕ ਕੈਨਰਾ ਬੈਂਕ। ਆਪਣਾ ਟੀਮ ਨੰਬਰ? ਮੈਂ ਰਜਿੰਦਰ, ਅਸਿਸਟੈਂਟ ਨੋਡਲ ਅਫਸਰ ਸਵੀਪ ਹੋਣ ਦੇ ਨਾਤੇ ਅੱਜ ਮੇਰੇ ਘਰ ਵਿੱਚ ਮੇਰੇ ਬਾਬੂ ਜੀ ਜੋ ਕਿ 89 ਈਅਰ ਦੇ ਨੇ, ਜੋ ਫੈਸਿਲਿਟੀਜ਼ ਆਪਾਂ ਨੂੰ ਚੋਣ ਕਮਿਸ਼ਨ ਪੰਜਾਬ ਔਰ ਰਿਸਪੈਕਟਿਡ ਡਾਕਟਰ ਸਿਰੂ ਦੁੱਗਲ ਜੀ ਵੱਲੋਂ ਮਿਲੀਆਂ ਹੋਈਆਂ, ਉਹਦਾ ਫਾਇਦਾ ਉਠਾਉਂਦੇ ਹੋਏ ਘਰੇ ਆਪਾਂ ਵੋਟ ਪਵਾਈ ਹੈ। ਪ੍ਰਜਾਈਡਿੰਗ ਅਫੀਸਰਸ ਔਰ ਪੂਰੀ ਟੀਮ ਆਈ ਹੈ ਮਾਈਕਰੋ ਅਬਜ਼ਰਵਰ ਨਾਲ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਅਸੀਂ ਵੀ ਔਰ ਖੁਦ ਪਰਿਵਾਰਿਕ ਮੈਂਬਰਾਂ ਨੇ ਔਰ ਨਾਲ ਰਿਸਪੈਕਟਿਡ DC ਮੈਡਮ ਵੱਲੋਂ ਟੀਮ ਨੇ, ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਇੱਕ ਬਜ਼ੁਰਗ ਹੈ ਉਹ ਘਰੇ ਚਾਹੇ ਵੋਟ ਪਾ ਰਿਹਾ, ਲੇਕਿਨ ਉਹਨੇ ਇੱਕ ਬੂਥ ਦਾ ਅਹਿਸਾਸ ਜਿਹਾ ਕਰਾਇਆ ਗਿਆ ਕਿ ਉਹਨਾਂ ਨੂੰ ਇਹੀ ਲੱਗੇ ਕਿ ਅਸੀਂ ਵੀ ਇੰਨਾ ਵੀ ਕਿਉਂ ਵੀ ਅਸੀਂ ਜਾ ਸਕਦੇ ਸੀਗੇ, ਪਰ ਫਿਰ ਵੀ ਪੂਰਾ ਘਰੇ ਮਾਹੌਲ ਵੀ ਉਵੇਂ ਦਿੱਤਾ ਗਿਆ ਕਿ ਘਰੇ ਬੈਠਿਆਂ ਵੀ ਬਾਬੂ ਜੀ ਨੂੰ ਤੁਸੀਂ ਦੇਖ ਰਹੇ ਹੋ। ਥੈਂਕਸ CO ਪੰਜਾਬ ਦਾ ਕਰ ਰਹੇ ਨੇ, DC ਮੈਮ ਦਾ ਥੈਂਕਸ ਕਰ ਰਹੇ ਨੇ, ਔਰ ਬਾਬੂ ਜੀ ਦਾ ਐਪਿਕ ਨੰਬਰ ਕੀ ਹੈ, ਔਰ ਚੋਣਾਂ ਦਾ ਪਰਵ, ਦੇਸ਼ ਦਾ ਗਰਵ, ਯਾਨੀ ਅਸੀਂ ਘਰੇ ਵੀ ਬੂਥ ਦਾ ਸੈਟਅਪ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਮੈਂ ਅਸਿਸਟੈਂਟ ਨੋਡਲ ਅਫਸਰ ਸਵੀਪ ਹੁੰਦੇ ਨਾਤੇ ਮੈਨੂੰ ਦਿਲੋਂ ਵੀ ਮੇਰੇ ਉਪਰਾਲੇ ਚੱਲਦੇ ਰਹਿੰਦੇ ਹੈ ਕਿ ਇਹਨੂੰ ਦੇਖ ਕੇ ਹੋਰ ਲੋਕ ਪ੍ਰੇਰਿਤ ਹੋਣ, ਹੋਰ ਬਜ਼ੁਰਗ ਪ੍ਰੇਰਿਤ ਹੋਣ। ਬਹੁਤ ਬਹੁਤ ਧੰਨਵਾਦ ਜੀ।